ਸਟੂਡੈਂਟਸ ਗੁੱਡ ਮਾਰਨਿੰਗ ਅੱਜ ਮੈਂ ਤੁਹਾਨੂੰ ਵਰਣਬੋਧ ਬਾਰੇ ਪੜ੍ਹਾਉਣ ਜਾ ਰਹੀ ਹਾਂ ਵਰਣਬੋਧ ਜਿਸ ਨੂੰ ਕੀ ਅੱਖਰਬੋਧ ਵੀ ਕਹਿੰਦੇ ਹਨ ਪਿਆਰੇ ਬੱਚਿਓ ਜਦੋਂ ਅਸੀਂ ਗੱਲਬਾਤ ਕਰਨੀ ਹੁੰਦੀ ਹੈ ਤਾਂ ਸਾਡੇ ਮੂੰਹ ਵਿੱਚੋਂ ਕੁਝ ਆਵਾਜ਼ਾਂ ਨਿਕਲਦੀਆਂ ਹਨ ਜਿਵੇਂ ਜਦੋਂ ਅਸੀਂ ਅਮਨ ਬੋਲਦੇ ਹਾਂ ਤਾਂ ਅਮਨ ਨੂੰ ਇਕੱਠਿਆਂ ਉਚਾਰਦੇ ਹਾਂ ਇਹਨਾਂ ਆਵਾਜ਼ਾਂ ਨੂੰ ਵਿਆਕਰਣ ਵਿੱਚ ਧੁਨੀਆਂ ਆਖਦੇ ਹਨ ਜਦੋਂ ਇਹਨਾਂ ਧੁਨੀਆਂ ਨੂੰ ਕਿਸੇ ਚਿੰਨ੍ਹ ਦੇ ਰੂਪ ਵਿੱਚ ਲਿਖਤੀ ਰੂਪ ਦੇ ਦਿੱਤਾ ਜਾਂਦਾ ਹੈ ਤਾਂ ਉਹਨਾਂ ਨੂੰ ਵਰਨ ਆਖਦੇ ਹਨ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਪਹਿਲਾਂ 35 ਵਰਨ ਹੁੰਦੇ ਸਨ ਪ੍ਰੰਤੂ ਹੁਣ ਫਾਰਸੀ ਵਿੱਚੋਂ 6 ਵਰਨ ਨਵੇਂ ਲੈ ਗਏ ਹਨ ਜਿਸ ਕਰਕੇ ਇਹਨਾਂ ਦੀ ਗਿਣਤੀ 41 ਹੋ ਗਈ ਹੈ ਬੇਟਾ ਵਰਨ ਬਾਰੇ ਹੋਰ ਜਾਣਕਾਰੀ ਲੈਣ ਨੂੰ ਲੈਣ ਲਈ ਸਾਨੂੰ ਇਸਦੀ ਪਰਿਭਾਸ਼ਾ ਨੂੰ ਪੜ੍ਹਨਾ ਪਵੇਗਾ ਠੀਕ ਹੈ ਦੇਖੋ ਇਸਦੀ ਪਰਿਭਾਸ਼ਾ ਵਰਣ ਬੋਧ ਵਿਆਕਰਨ ਦਾ ਉਹ ਭਾਗ ਹੈ ਜਿਸ ਵਿੱਚ ਅੱਖਰਾਂ ਲਗਾ ਅਤੇ ਲਗਾਖਰਾਂ ਆਦਿ ਬਾਰੇ ਜਾਣਕਾਰੀ ਮਿਲਦੀ ਹੈ ਓਕੇ ਬੇਟਾ ਵਰਣ ਬੋਧ ਦੀਆਂ ਅੱਗੋਂ ਕੁਝ ਕਿਸਮਾਂ ਵੀ ਹਨ ਦੇਖੋ ਆਓ ਉਹਨਾਂ ਬਾਰੇ ਪੜ੍ਹਦੇ ਹਾਂ ਵਰਣ ਦੀਆਂ ਕਿਸਮਾਂ ਪਹਿਲੀ ਕਿਸਮ ਦੇਖੋ ਸਵਰ ਠੀਕ ਹੈ ਦੂਸਰੀ ਕਿਸਮ ਹੈ ਵਿਅੰਜਨ ਆਓ ਇਹਨਾਂ ਬਾਰੇ ਹੋਰ ਵਿਸਤਾਰ ਵਿੱਚ ਪੜ੍ਹਦੇ ਹਾਂ ਸਵਰ ਕੀ ਹੁੰਦੇ ਹਨ ਧਿਆਨ ਨਾਲ ਦੇਖਣਾ ਸੁਣਨਾ ਧਿਆਨ ਨਾਲ ਬੇਟਾ ਉਹ ਵਰਣ ਜਿਨ੍ਹਾਂ ਨੂੰ ਬੋਲਣ ਸਮੇਂ ਦੂਸਰੇ ਹੋਰ ਅੱਖਰਾਂ ਦੀ ਸਹਾਇਤਾ ਨਹੀਂ ਲੈਣੀ ਪੈਂਦੀ ਉਹਨਾਂ ਨੂੰ ਸਵਰ ਕਹਿੰਦੇ ਹਨ ਪੰਜਾਬੀ ਵਿੱਚ ਇਹਨਾਂ ਦੀ ਗਿਣਤੀ 3 ਹੈ ਆਓ ਦੇਖਦੇ ਹਾਂ 3 ਕਿਹੜੇ ਹਨ ਊੜਾ ਐੜਾ ਈੜੀ ਠੀਕ ਹੈ ਬੇਟਾ ਊੜਾ ਐੜਾ ਅਤੇ ਈੜੀ ਉਸ ਤੋਂ ਬਾਅਦ ਦੇਖੋ ਵਿਅੰਜਨ ਵਿਅੰਜਨ ਕੀ ਹੁੰਦੇ ਹਨ ਉਹ ਅੱਖਰ ਜਿਨ੍ਹਾਂ ਨੂੰ ਬੋਲਣ ਸਮੇਂ ਹੋਰ ਵਰਨਾ ਦੀ ਸਹਾਇਤਾ ਲੈਣੀ ਪੈਂਦੀ ਹੈ ਉਹਨਾਂ ਨੂੰ ਵਿਅੰਜਨ ਕਹਿੰਦੇ ਹਨ ਪੰਜਾਬੀ ਵਿੱਚ ਇਹਨਾਂ ਦੀ ਗਿਣਤੀ 38 ਹੈ ਇਹ ਕਿਹੜੇ ਹਨ ਦੇਖੋ ਸ ਸ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਠੀਕ ਹੈ ਇਹ ਸਾਰੇ ਵਿਅੰਜਨ ਹਨ ਦੇਖੋ ਤਿੰਨੇ ਦੇ ਵਿੱਚ ਸਵਰ ਆ ਗਏ ਹਨ ਉਸ ਤੋਂ ਬਾਕੀ ਜਿੰਨੇ ਵੀ ਬਚੇ ਹਨ ਉਹ ਸਾਡੇ ਕੋਲ ਕੀ ਹਨ ਵਿਅੰਜਨ ਹਨ ओके बेटा ਵਿਅੰਜਨ ਦੀਆਂ ਵੀ ਕੁਝ ਕਿਸਮਾਂ ਹੁੰਦੀਆਂ ਹਨ ਆ ਉਹਨਾਂ ਬਾਰੇ ਪੜ੍ਹਦੇ ਹਾਂ ਧਿਆਨ ਨਾਲ ਦੇਖਣਾ ਓਕੇ ਬੇਟਾ ਵਿਅੰਜਨ ਦੀਆਂ ਕਿਸਮਾਂ ਪਹਿਲੀ ਕਿਸਮ ਦੇਖੋ ਅਨੁਨਾਸਕ ਵਿਅੰਜਨ ਠੀਕ ਹੈ ਦੂਸਰੀ ਕਿਸਮ ਹੈ ਸਧਾਰਨ ਵਿਅੰਜਨ ਹੁਣ ਇਹਨਾਂ ਬਾਰੇ ਵਿਸਥਾਰ ਵਿੱਚ ਪੜ੍ਹਦੇ ਹਾਂ ਅਨੁਨਾਸਕ ਵਿਅੰਜਨ ਕੀ ਹੁੰਦੇ ਹਨ ਉਹ ਵਿਅੰਜਨ ਜਿਨ੍ਹਾਂ ਦੇ ਉਚਾਰਨ ਸਮੇਂ ਕੁਝ ਆਵਾਜ਼ਾਂ ਦਾ ਹਿੱਸਾ ਨੱਕ ਰਾਹੀਂ ਬਾਹਰ ਨਿਕਲਦਾ ਹੈ ਉਹ ਨਾਨੋ ਅਨੁਨਾਸ ਕਿ ਵਿਅੰਜਨ ਆਖਦੇ ਹਨ ਪੰਜਾਬੀ ਵਿੱਚ ਇਹਨਾਂ ਦੀ ਗਿਣਤੀ 5 ਹੈ ਆਓ ਦੇਖਦੇ ਹਾਂ 5 ਕਿਹੜੇ-ਕਿਹੜੇ ਹਨ ਧਿਆਨ ਨਾਲ ਦੇਖਣਾ ਨੰਨਾ ਨਿੰਨਾ ਨਾਣਾ ਨੰਨਾ ਅਤੇ ਮੰਮਾ ਠੀਕ ਹੈ ਬੇਟਾ ਇਹ ਟੋਟਲ 5 ਹਨ ਆਓ ਇਹਨਾਂ ਦੀਆਂ ਕੁਝ ਉਦਾਹਰਨਾਂ ਵੀ ਪੜ ਲੈਂਦੇ ਹਾਂ ਠੀਕ ਹੈ ਦੇਖੋ ਪਹਿਲੀ ਉਦਾਹਰਨ ਹੈ ਨੰਗੇ ਦੀ ਕੱਕੇ ਟਿੱਪੀ ਨੰਗਾ ਨਾਣਾ ਗੰਗਣ ਠੀਕ ਹੈ ਦੂਸਰੀ ਧਾਰਣੀ ਨਿੰਿਆ ਦੇਖੋ ਜੱਜੇ ਟਿੱਪੀ ਨਿੰਿਆ ਜੰਜ ਜੰਜ ਮਤਲਬ ਬਰਾਤ ਠੀਕ ਹੈ ਨਹਾਉਣਾ ਇਹ ਨਾਣਾ ਦੀ ਉਦਾਹਰਣ ਹੈ ਨੰਨਾ ਹਾਹੇ ਕੰਨਾ ਊੜੇ ਔਂਕੜ ਨਾਣੇ ਕੰਨਾ ਨਹਾਉਣਾ ਉਸ ਤੋਂ ਬਾਅਦ ਦੇਖੋ ਨੰਨੇ ਦੀ ਧਾਰਣ ਨੰਨਾਲਾ ਨਾਲ ਮਮੇ ਦੀ ਧਾਰਣ ਮੰਮੇ ਟਿੱਪੀ ਦੱਦਾ ਰਾਰਾ ਮੰਦਰ ਓਕੇ ਬੇਟਾ ਇਸ ਤੋਂ ਬਿਨਾ ਵੀ ਇਸ ਪਾਠ ਵਿੱਚ ਸਾਡੇ ਕੋਲ ਦੁੱਤ ਅੱਖਰ ਹਨ ਜਿਨ੍ਹਾਂ ਨੂੰ ਕੀ ਅਰਧ ਸਵਾਰ ਵੀ ਤੀਹਾ ਜਾਂਦਾ ਹੈ ਦੇਖਣਾ ਕੀ ਹੁੰਦੇ ਹਨ ਦੋ ਅੱਖਰਾਂ ਦੇ ਮੇਲ ਤੋਂ ਬਣੇ ਅੱਖਰ ਨੂੰ ਦੁੱਤ ਅੱਖਰ ਕਿਹਾ ਜਾਂਦਾ ਹੈ ਇਸ ਵਿੱਚ ਇੱਕ ਅੱਖਰ ਦੂਜੇ ਅੱਖਰ ਦੇ ਪੈਰ ਵਿੱਚ ਲਿਖਿਆ ਜਾਂਦਾ ਹੈ ਤੇ ਗੁਰਮੁਖੀ ਲਿਪੀ ਵਿੱਚ ਇਹ ਤਿੰਨ ਹੁੰਦੇ ਹਨ ਦੇਖੋ ਇਹਨਾਂ ਦੇ ਚਿੰਨ ਕਿਵੇਂ ਬਣੇ ਹਨ ਹਾਏ ਇਹਦਾ ਚਿੰਨ ਦੇਖੋ ਰਾਰੇ ਦਾ ਚਿੰਨ ਐਂਡ ਵਵੇ ਦਾ ਅਤੇ ਵਵੇ ਦਾ ਚਿੰਨ ਓਕੇ ਬੇਟਾ ਇਸ ਤੋਂ ਬਾਅਦ ਇਹਨਾਂ ਦੀਆਂ ਉਦਾਹਰਨਾਂ ਦੇਖੋ ਹਾਏ ਦੀ ਦੇਖੋ ਵਰਤੋ ਕਿਵੇਂ ਕੀਤੀ ਜਾਂਦੀ ਹੈ ਜਿੱਜਾ ੜਾੜੇ ਦੇ ਪੈਰ 'ਚ ਹਾ ਹਾ ਜੜ ਪੱਪਾ ੜਾੜੇ ਦੇ ਪੈਰ 'ਚ ਹਾ ਹਾ ਨੰਨੇ ਕੰਨਾ ਪੜਨਾ ਚਿੱੱਚਾ ੜਾੜੇ ਦੇ ਪੈਰ 'ਚ ਹਾ ਹਾ ਨੰਨੇ ਕੰਨਾ ਚੜਨਾ ਉਸ ਤੋਂ ਬਾਅਦ ਦੇਖੋ ਰਾਰੀ ਦੀ ਵਰਤੋ ਕਿਵੇਂ ਕੀਤੀ ਗਈ ਹੈ ਪੱਪੇ ਸਿਆਰੀ ਪੈਰ 'ਚ ਰਾਰਾ ਉੱਤੇ ਟਿੱਪੀ ਸੱਸੇ ਬਿਆਰੀ ਪਪਾ ਲੱਲਾ ਪ੍ਰਿੰਸੀਪਲ ਕੱਕੇ ਸਿਆਰੀ ਪੈਰ 'ਚ ਰਾਰਾ ਸੱਸੇ ਪੈਰ ਬਿੰਦੀ ਨੰਨਾ ਕ੍ਰਿਸ਼ਨ ਪੱਪੇ ਕੰਨਾ ਪੈਰ ਚ ਰਾਰਾ ਰਾਰਾ ਥੱਥਾ ਨੰਨੇ ਕੰਨਾ ਪ੍ਰਾਰਥਨਾ ਉਸ ਤੋਂ ਅੱਗੇ ਦੇਖੋ ਉਹ ਵੇਦੇ ਵਰਤੋਂ ਕਿਵੇਂ ਕੀਤੀ ਗਈ ਹੈ ਸਵੈ ਰੁਜਗਾਰ ਸ ਸ ਪੈਰ ਚ ਬੂਆ ਉੱਪਰ ਦਲਾ ਰਾਰੇ ਅੰਕ ਜਿੱਜੇ ਪੈਰ ਬਿੰਦੀ ਗੱਗੇ ਕੰਨਾ ਰਾਰਾ ਸਵੈ ਰੁਜਗਾਰ ਇਸ ਤੋਂ ਬਾਅਦ ਦੇਖੋ ਬੇਟਾ ਸਵੈਮਾਨ ਸ ਸ ਤੇ ਪੈਰ ਚ ਬੂਆ ਉੱਪਰ ਦਲਾ ਮੰਮੇ ਕੰਨਾ ਨਾਣਾ ਸਵੈਮਾਨ ਉਸ ਤੋਂ ਬਾਅਦ ਦੇਖੋ ਬੇਟਾ ਸਵੈ ਜੀਵਨੀ ਸਸੇ ਦੇ ਪੈਚ ਬਵਵਾ ਉੱਪਰ ਲਾਂ ਜਿੱਜੇ ਬਿਆਰੀ ਬਵਵਾ ਨੰਨੇ ਬਿਆਰੀ ਸਿਆ ਜੀਵਨੀ ਓਕੇ ਬੇਟਾ ਇਸ ਨਾਲ ਸਾਡਾ ਇਹ ਪਾਠ ਖਤਮ ਹੁੰਦਾ ਹੈ ਤੇ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਪਾਠ ਪੂਰੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਹੁਣ ਤੁਸੀਂ ਸਭ ਨੇ ਇਸ ਪਾਠ ਨੂੰ ਚੰਗੀ ਤਰ੍ਹਾਂ ਪੜ੍ਹਨਾ ਹੈ ਸਮਝਣਾ ਹੈ ਅਤੇ ਦੁਹਰਾਉਣਾ ਹੈ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਇਸ ਪਾਠ ਨਾਲ ਸੰਬੰਧਿਤ ਅਭਿਆਸ ਤੁਹਾਨੂੰ ਇਮਤਿਹਾਨਾਂ ਵਿੱਚ ਪੁੱਛੇ ਜਾ ਸਕਦੇ ਹਨ ਉਹਨਾਂ ਦਾ ਜਵਾਬ ਤੁਸੀਂ ਤਾਂ ਹੀ ਦੇ ਸਕੋਗੇ ਜੇ ਤੁਸੀਂ ਇਸ ਪਾਠ ਨੂੰ ਚੰਗੀ ਤਰ੍ਹਾਂ ਪੜ੍ਹਿਆ ਅਤੇ ਸਮਝਿਆ ਹੋਵੇਗਾ। ਧੰਨਵਾਦ ਬੇਟਾ।